ਕੈਨੇਡਾ ਸਾਡਾ ਕਹਿੰਦੇ ਦੂਜਾ ਪੰਜਾਬ ਹੈ, ਇਸ ਕਰਕੇ ਸਿੱਖਾਂ ਨੂੰ ਇਸ ਗੱਲ ਦਾ ਕਈ ਵਾਰੀ ਮਿਹਣਾ ਵੀ ਸੁਣਨਾ ਪੈਂਦਾ। ਪਰ ਜਿਹੜਾ ਕੈਨੇਡਾ ਦੇ ਨਾਲ ਪਿਛਲੇ ਸਮੇਂ ਦੀ ਸਾਂਝ ਆ ਉਹ ਕਾਫੀ ਡੂੰਘੀ ਸਾਂਝ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ 'ਚ ਜੋ ਕੈਨੇਡਾ ਦੇ ਵਿੱਚ ਕਾਂਡ ਵਾਪਰਿਆ ਸੀ ਉਸ ਦੀ ਫਿਕਰਮੰਦੀ ਵਿਚਾਰ ਕੀਤੀ, ਪਰ ਅੱਜ ਇੱਕ ਹੋਰ ਫਿਕਰਮੰਦੀ ਹੈ। ਅੱਜ ਫਿਕਰਮੰਦੀ ਇਹ ਹੈ ਕਿ ਕੈਨੇਡਾ ਵਿੱਚ ਵੱਸਦੇ ਜਿਹੜੇ ਸਿੱਖ ਹੈ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਅਪ੍ਰੈਲ ਦੇ ਮਹੀਨੇ ਵਿੱਚ ਇੱਕ ਪੱਤਰ ਲਿਖਿਆ ਗਿਆ ਜਿਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਇਹ ਸਾਊਥ ਏਸ਼ੀਅਨ ਗੈਲਰੀ ਸਥਾਪਿਤ ਕੀਤੀ ਜਾ ਰਹੀ ਹੈ। ਉਸ ਗੈਲਰੀ ਦੇ ਵਿੱਚ ਸਿੱਖਾਂ ਦੀ ਆਈਡੈਂਟੀ ਨੂੰ ਜਿਹੜਾ ਰਲਗੜ ਕੀਤਾ ਗਿਆ, ਸਾਊਥ ਭਾਵੇਂ ਕਿ ਖਿੱਤਾ ਸਾਡਾ ਸਾਊਥ ਏਸ਼ੀਅਨ ਮੰਨਿਆ ਜਾ ਸਕਦਾ ਪਰ ਸਿੱਖਾਂ ਦੀ ਆਈਡੈਂਟੀ ਜਿਹੜੀ ਆ ਉਹ ਸਾਊਥ ਏਸ਼ੀਅਨ ਵਿੱਚ ਰਲਗੜ ਨਹੀਂ ਕੀਤੀ ਜਾ ਸਕਦੀ, ਕਿਉਂਕਿ ਵਿਸ਼ੇਸ਼ ਕਰਕੇ ਸਿੱਖ ਇਹ ਕਹਿੰਦੇ ਆ ਵੀ ਕੈਨੇਡਾ ਦੀ ਤਰੱਕੀ ਦੇ ਵਿਕਾਸ ਦੇ ਅੰਦਰ ਉਹਦੀ ਉਸਾਰੀ ਦੇ ਅੰਦਰ ਵੱਡਾ ਜਿਹੜਾ ਸਿੱਖਾਂ ਦਾ ਅਤੇ ਪੰਜਾਬੀਆਂ ਦਾ ਰੋਲ ਹੈ। ਸੋ ਇਸ ਗੱਲ ਦਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ। ਸੋ ਅੱਜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨਾਲ ਵਿਚਾਰ ਕਰਨ ਤੋਂ ਉਪਰੰਤ ਇੱਕ ਜਿਹੜਾ ਪੱਤਰ ਅੱਜ ਅਸੀਂ ਕੈਨੇਡਾ ਦੀ ਜਿਹੜੀ ਹੈਰੀਟੇਜ ਮਿਨਿਸਟਰ ਹੈ ਮਿਸਿਜ਼ ਪਾਸਕਾਲੇ ਉਹਨੂੰ ਅੱਜ ਜਿਹੜਾ ਪੱਤਰ ਜਾਰੀ ਕੀਤਾ ਕਿ ਜਿਹੜਾ ਸਿੱਖਾਂ ਦੀ ਆਪਣੀ ਸੰਸਕ੍ਰਿਤੀ ਆ, ਸਿੱਖਾਂ ਦਾ ਪਹਿਰਾਵਾ ਵਾ, ਸਿੱਖਾਂ ਦੀ ਬੋਲੀ ਆ ਜਾਂ ਪੰਜਾਬੀ ਆ, ਉਹ ਆਪਣੇ ਆਪ ਦੇ 'ਚ ਵੱਖਰੀ ਆਈਡੈਂਟੀ ਆ। ਸੋ ਉਹਨਾਂ ਦੀ ਆਈਡੈਂਟੀ ਨੂੰ ਸਾਊਥ ਏਸ਼ੀਆ ਦੇ ਨਾਮ ਦੇ ਨਾਲ ਰਲਗੜ ਨਾ ਕੀਤਾ ਜਾਵੇ, ਕਿਉਂਕਿ ਵੱਡਾ ਰੋਲ ਅਦਾ ਕੀਤਾ ਕੈਨੇਡਾ ਦੀ ਤਰੱਕੀ ਦੇ ਵਿੱਚ। ਅੱਜ ਤਾਂ ਜੇ ਸਿਆਸੀ ਤੌਰ 'ਤੇ ਵੀ ਵੱਡਾ ਸਾਡਾ ਉਹਦੇ 'ਚ ਰੋਲ ਹੈ, ਉਹਦੀ ਆਰਥਿਕਤਾ 'ਚ ਰੋਲ ਆ, ਵੱਡਾ ਟਰਾਂਸਪੋਰਟ ਦਾ ਕੰਮ ਹੈ, ਉਸਾਰੀ ਦਾ ਕੰਮ ਹੈ, ਅਤੇ ਖਾਸ ਤੌਰ 'ਤੇ ਜਿਹੜੇ ਅਸਥਾਨ ਗੁਰਦੁਆਰਾ ਸਾਹਿਬ ਆ, ਗੁਰਦੁਆਰਾ ਸਾਹਿਬਾਨ ਦਾ ਉਸ ਦੇਸ਼ ਦੀ ਮੈਂ ਕਹਿੰਦਾ ਦੁਨੀਆ ਦੇ ਅੰਦਰ ਹੀ ਆਪਣੇ ਆਪ ਦੇ ਵਿੱਚ ਵੱਡਾ ਸਤਿਕਾਰ ਹੈ, ਕਿਉਂਕਿ ਜਦੋਂ ਵੀ ਕਿਸੇ ਤਰ੍ਹਾਂ ਦਾ ਕੋਈ ਕਹਿੰਦੇ ਹੁੰਦੇ ਆ ਕੋਈ ਆਫਤ ਆਉਂਦੀ ਆ ਉਹਦੇ ਵਿੱਚ ਵੱਡਾ ਰੋਲ ਅਦਾ ਕਰਦੇ ਗੁਰਦੁਆਰਾ ਸਾਹਿਬਾਨ। ਜੇ ਪਿਛਲੇ ਸਮੇਂ 'ਚ ਕਹਿ ਲਈਏ ਵੀ ਕਰੋਨਾ ਦੇ ਵਿੱਚ ਜੋ ਗੁਰਦੁਆਰਾ ਸਾਹਿਬਾਨ ਨੇ ਰੋਲ ਅਦਾ ਕੀਤਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੀ। ਸੋ ਅੱਜ ਵੀ ਇਹ ਗੱਲ ਚਰਚਾ 'ਚ ਰਹਿੰਦੀ ਆ ਕਿ ਗੁਰਦੁਆਰੇ ਜਿਹੜੇ ਆ ਕੈਨੇਡਾ ਦੇ ਅੰਦਰ ਉਹ ਗੁਰਦੁਆਰੇ ਜਿੰਨੇ ਸਾਡੇ ਇੱਥੋਂ ਵਿਦੇਸ਼ 'ਚ ਬੱਚੇ ਜਾਂਦੇ ਆ ਪੜ੍ਹਨ ਵਾਲੇ ਉਹਨਾਂ ਦਾ ਜਿਹੜਾ ਕਹਿੰਦੇ ਦੂਜਾ ਘਰ ਉਹ ਆ, ਉਹਨਾਂ ਨੂੰ ਖਾਣ ਪੀਣ ਨੂੰ ਵੀ ਅਤੇ ਬਹਿਣ ਰਹਿਣ ਨੂੰ ਵੀ ਅਤੇ ਹਰ ਤਰੀਕੇ ਦੀ ਮਦਦ ਹੁੰਦੀ ਆ। ਸੋ ਇਹ ਇੱਕ ਵੱਖਰੀ ਆਈਡੈਂਟੀ ਜਿਹੜੀ ਆ ਸਿੱਖਾਂ ਦੀ ਅਤੇ ਜਿਹੜੀ ਪੰਜਾਬੀਆਂ ਦੀ, ਕੈਨੇਡਾ ਸਰਕਾਰ ਨੂੰ ਅਸੀਂ ਅਪੀਲ ਕੀਤੀ ਅੱਜ ਕਿ ਉਹਨਾਂ ਦੀ ਜਿਹੜੀ ਮਨ ਦੀ ਵੇਦਨਾ ਉਸ ਨੂੰ ਸਮਝਿਆ ਜਾਵੇ, ਸਿੱਖਾਂ ਦੀ ਕੀਤੀ ਜਿਹੜੀ ਆ ਪਿਛਲੇ ਸਮੇਂ ਦੇ ਅੰਦਰ ਕਾਰਗੁਜ਼ਾਰੀ ਆ ਉਹਨੂੰ ਰਲਗੜ ਨਾ ਕੀਤਾ ਜਾਵੇ, ਉਹਨਾਂ ਦੀ ਆਈਡੈਂਟੀ ਨੂੰ ਵੱਖਰੇ ਤੌਰ 'ਤੇ ਜਿਹੜਾ ਉਹ ਕੰਸਿਡਰ ਕੀਤਾ ਜਾਵੇ ਅਤੇ ਉਸ ਗੈਲਰੀ ਦੇ ਵਿੱਚ ਉਹਨਾਂ ਨੂੰ ਵੱਖਰਾ ਨਾਂ ਦਿੱਤਾ ਜਾਵੇ। ਨਹੀਂ ਕੋਈ ਸਿੱਖਾਂ ਨੂੰ ਟਾਰਗੇਟ ਵਾਲੀ ਗੱਲ ਨਹੀਂ, ਸ਼ਾਇਦ ਅਵੇਸਲਾਪਣ ਹੋਏਗਾ। ਸੋ ਜਿਹੜਾ ਉਹਨਾਂ ਨੇ ਚੇਤਨਤਾ ਪੈਦਾ ਕੀਤੀ ਆ, ਸੋ ਅਸੀਂ ਇਹ ਕੋਲੰਬਾ ਦੇਣ ਜਾ ਰਹੇ ਹਾਂ ਕੈਨੇਡਾ ਸਰਕਾਰ ਨੂੰ ਕਿ ਇਸ ਗੱਲ ਬਾਰੇ ਵਿਚਾਰ ਕਰੇ।